ਹਾਂਜੀ ਦੋਸਤੋ, ਮੈਂ ਬਲਦੇਵ ਸਿੰਘ ਜੀਰਾ, ਸੂਬਾ ਪ੍ਰਧਾਨ ਭਾਰਤੀ ਕਿਸਾਨ ਕ੍ਰਾਂਤੀਕਾਰੀ। ਤੁਸੀਂ ਜਾਣਦੇ ਹੋ ਵੀ ਆਪਣਾ ਸ਼ੰਭੂ ਫਨੌਰੀ ਮੋਰਚਾ ਚੱਲ ਰਿਹਾ, ਚੜ੍ਹਦੀ ਕਲਾ ਚੱਲ ਰਿਹਾ। ਫੁੱਲ ਗਰਮੀ ਦੇ ਵਿੱਚ 45-47 ਡਿਗਰੀ ਦੇ ਵਿੱਚ ਵੀ ਆਪਾਂ ਉੱਥੇ ਡੱਟ ਕੇ ਬੈਠੇ ਹਾਂ ਅਤੇ ਲਗਾਤਾਰ ਬੈਠੇ ਹੋਏ ਹਾਂ, ਅਤੇ ਮੋਰਚਾ ਵੀ ਆਪਣਾ ਚੜ੍ਹਦੀ ਕਲਾ 'ਚ। ਮੋਰਚੇ ਵੱਲੋਂ 1 ਤਰੀਕ ਦਾ ਸੱਦਾ ਦਿੱਤਾ ਗਿਆ। ਤੁਸੀਂ ਜਾਣਦੇ ਹਾਂ ਵੀ 21 ਤਰੀਕ ਨੂੰ ਜਦੋਂ ਆਪਣੇ ਮੋਰਚੇ ਦੀ ਕਾਲ ਸੀਗੀ ਅੱਗੇ ਜਾਣ ਦੀ, ਉਦੋਂ ਹਰਿਆਣਾ ਪੁਲਿਸ ਵੱਲੋਂ ਜਿਹੜੀ ਬਰਬਰਤਾ ਕੀਤੀ ਗਈ, ਉਸੇ ਦਿਨ ਹੀ ਸ਼ੁਭਕਰਨ ਸ਼ਹੀਦ ਹੋਇਆ, ਬਹੁਤ ਸਾਰੇ ਬੰਦੇ ਆਪਣੇ ਜ਼ਖਮੀ ਹੋਏ। ਪੁਲਿਸ ਵਾਲਿਆਂ ਨੇ ਕਿਵੇਂ ਆ ਕੇ ਟਰੈਕਟਰ ਤੋੜੇ ਖਨੌਰੀ ਬਾਰਡਰ 'ਤੇ, ਟਰੈਕਟਰ ਤੋੜੇ, ਸੱਟਾਂ ਮਾਰੀਆਂ ਇੱਕ ਮੁੰਡੇ ਨੂੰ, ਆਪਣੇ ਨੂੰ ਕਿਰਤਪਾਲ ਨੂੰ ਬੋਰੀ 'ਚ ਪਾ ਕੇ ਲੈ ਗਏ, ਅਤੇ ਬਹੁਤ ਕੁੱਟਿਆ, ਜਵਾੜਾ ਟੁੱਟ ਗਿਆ, ਸਾਰਾ ਕੁਛ ਕੀਤਾ। ਸੋ ਹੁਣ ਉਹਨਾਂ ਹੀ ਪੁਲਿਸ ਅਧਿਕਾਰੀਆਂ ਨੇ ਜਿਹੜਿਆਂ ਨੇ ਇਹ ਸਾਰਾ ਕੁਛ ਕੀਤਾ, ਜਿਹਨੇ ਹਵਾਨੀਅਤ ਦਾ ਇੰਨਾ ਨੰਗਾ ਨਾਚ ਰਚਿਆ, ਚਾਹੀਦਾ ਤਾਂ ਇਹ ਸੀ ਵੀ ਸਰਕਾਰ ਜਿਹੜੀ ਆਪਾਂ ਮੰਗ ਕਰ ਰਹੇ ਸੀ ਵੀ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਜਿਹੜੀ ਬਰਬਰਤਾ ਇਹਨਾਂ ਨੇ ਕੀਤੀ ਆ ਉਹਦੀ ਸਜ਼ਾ ਦਿੱਤੀ ਜਾਵੇ, ਇਹਨਾਂ ਨੂੰ ਡਿਸਮਿਸ, ਨੌਕਰੀਆਂ ਤੋਂ ਡਿਸਮਿਸ ਕਰਕੇ, ਕਾਨੂੰਨੀ ਕਾਰਵਾਈ ਕਰਕੇ, ਕੇਸ ਚਲਾ ਕੇ ਇਹਨਾਂ ਨੂੰ ਜੇਲ੍ਹਾਂ 'ਚ ਭੇਜਿਆ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਰਦੀਧਾਰੀ ਕੋਈ ਵੀ ਬੰਦਾ ਗੁੰਡਾ ਬਣਨ ਦੀ ਕੋਸ਼ਿਸ਼ ਨਾ ਕਰੇ, ਵੀ ਕੋਈ ਵਿਅਕਤੀ ਗੁੰਡਾ, ਵਰਦੀਧਾਰੀ ਗੁੰਡਾ ਨਾ ਬਣੇ, ਵਰਦੀਧਾਰੀ ਗੁੰਡਾਗਰਦੀ ਨਾ ਕਰੇ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਹਰਿਆਣਾ DGP ਨੇ ਸਿਫਾਰਿਸ਼ ਕੀਤੀ ਹੈ ਵੀ 15 ਅਗਸਤ ਨੂੰ ਦਿੱਲੀ 'ਚ ਇਹਨਾਂ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇ ਮੈਡਲਾਂ ਦੇ ਨਾਲ। ਸੋ ਇਹ ਇੱਕ ਤਰ੍ਹਾਂ ਦੇ ਨਾਲ ਸਿੱਧੀ ਸਿੱਧੀ ਗੱਲ ਇਹ ਆ ਵੀ ਜਿਹੜਾ ਕੋਈ ਕਿਸਾਨਾਂ ਦੇ, ਮਜ਼ਦੂਰਾਂ ਦੇ ਹੱਕ ਮੰਗਦੇ ਲੋਕਾਂ ਦੇ ਉੱਤੇ ਜ਼ਬਰ ਕਰੂਗਾ, ਉਹਨਾਂ ਨੂੰ ਮਾਰੂਗਾ, ਉਹਨਾਂ ਨੂੰ ਜ਼ਖਮੀ ਕਰੂਗਾ, ਸਰਕਾਰ ਉਹਨੂੰ ਸਜ਼ਾ ਦੇਣ ਦੀ ਬਜਾਏ ਇਨਾਮ ਨਾਲ ਨਵਾਜੂਗੀ। ਅਤੇ ਤੁਸੀਂ ਆਪ ਸੋਚ ਸਕਦੇ ਹਾਂ ਵੀ ਇਹੋ ਜਿਹਾ ਜੇ ਕੰਮ ਜਾਊ ਕਿਹੜੇ ਪਾਸੇ, ਜਦੋਂ ਵਰਦੀਧਾਰੀ ਬੰਦੇ ਨੂੰ ਪਤਾ ਹੋਵੇ ਵੀ ਮੈਂ ਕਿਸੇ ਨੂੰ ਵੀ ਮਾਰਦਿਆਂ, ਗੋਲੀ ਮਾਰਦਿਆਂ ਮੈਨੂੰ ਇਹਦਾ ਇਨਾਮ ਮਿਲਣਾ ਵਾ। ਸੋ ਉਹ ਫੋਰਸਾਂ ਦੇ ਦਿਮਾਗਾਂ ਦੇ ਵਿੱਚ ਕਿਵੇਂ ਇਹ ਗੱਲ ਜਾਊਗੀ, ਅਤੇ ਉਹ ਇਹਦਾ ਕਿੰਨਾ ਨਜਾਇਜ਼ ਜਿਹੜਾ ਵਾ ਉਹ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ। ਸੋ ਇੱਕ ਤਾਂ ਅਸੀਂ ਬਹੁਤ ਵਾਰ ਤਿੱਖਾ ਵਿਰੋਧ ਕਰਦੇ ਹਾਂ, ਨਿੰਦਾ ਕਰਦੇ ਹਾਂ ਇਹਦੀ ਵੀ ਜਿਹੜੀ ਇਹ ਉਹਨਾਂ ਬੰਦਿਆਂ ਨੂੰ ਸਨਮਾਨਿਤ ਕਰ ਰਹੇ 15 ਅਗਸਤ ਨੂੰ। ਦੂਜਾ ਮੋਰਚੇ ਨੇ ਫੈਸਲਾ ਲਿਆ ਵਾ ਕਿ 1 ਤਰੀਕ ਨੂੰ ਪੂਰੇ ਦੇਸ਼ ਵਿੱਚ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ, ਜਿਨ੍ਹਾਂ ਮੰਗਾਂ ਨੂੰ ਲੈ ਕੇ MSP ਵਗੈਰਾ ਨੂੰ ਲੈ ਕੇ ਆਪਣਾ ਜਿਹੜਾ ਮੋਰਚਾ ਚੱਲ ਰਿਹਾ ਉਹਨਾਂ ਦੇ ਸੰਬੰਧ ਵਿੱਚ, ਅਤੇ ਨਾਲ ਦੀ ਨਾਲ ਜਿਹੜਾ ਇਹ ਪੁਲਿਸ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰ ਰਹੇ ਆ, ਇਹਦੇ ਵਿਰੋਧ ਵਿੱਚ ਸਾਰੇ ਦੇਸ਼ ਵਿੱਚ ਪੁਤਲੇ ਫੂਕੇ ਜਾਣਗੇ, ਜ਼ਿਲ੍ਹਾ ਹੈੱਡਕੁਆਟਰਾਂ 'ਤੇ, ਤਹਿਸੀਲ ਹੈੱਡਕੁਆਟਰਾਂ 'ਤੇ, ਜਾਂ ਜੋ ਜਗ੍ਹਾ ਤੁਹਾਨੂੰ ਯੋਗ ਲੱਗਦੀ ਆ ਉੱਥੇ ਇਹਨਾਂ ਦੇ, ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਸੋ ਸਾਰਿਆਂ ਤੋਂ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹਦੇ ਵਿਰੋਧ ਵਿੱਚ ਉਤਰੀਏ ਆਪਾਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸਾਡਾ ਸ਼ੁਭਕਰਨ ਵਰਗਾ ਭਰਾ ਇਹੋ ਜਿਹੇ ਵਰਦੀਧਾਰੀ ਗੁੰਡਿਆਂ ਦੇ ਨਿਸ਼ਾਨੇ ਦਾ ਸ਼ਿਕਾਰ ਹੋ ਕੇ ਇਹ ਦੁਨੀਆ ਤੋਂ ਨਾ ਜਾਵੇ, ਅਤੇ ਆਪਾਂ ਇਹਦਾ ਡਟਵਾਂ ਵਿਰੋਧ ਕਰੀਏ, ਅਤੇ ਉਹਨਾਂ ਨੂੰ ਸਜ਼ਾਵਾਂ ਦਵਾਈਏ ਜਿਹੜੇ ਬੰਦਿਆਂ ਨੇ, ਸਾਡੇ ਬੰਦੇ ਜ਼ਖਮੀ ਕੀਤੇ ਆ, ਅਤੇ ਸ਼ੁਭਕਰਨ ਵਰਗੇ ਨੂੰ ਸਾਡੇ ਤੋਂ ਹੋਇਆ ਵਾ। ਸੋ ਆਸ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਤੁਹਾਡੇ ਨੇੜੇ ਕਿਤੇ ਪ੍ਰੋਗਰਾਮ ਆਊਗਾ, ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੋਗੇ 1 ਤਰੀਕ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।